ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ 'ਚ। ਅਤੇ ਜਿੱਦਾਂ ਕਿ ਮੈਂ ਤੁਹਾਨੂੰ ਕੱਲ੍ਹ ਦਿਖਾਇਆ ਸੀਗਾ, ਅਸੀਂ ਗਰੋਸਰੀ ਲੈ ਕੇ ਆਏ ਸੀ। ਅਤੇ ਪਹਿਲਾਂ ਤਾਂ ਮੈਂ ਗਰੋਸਰੀ ਵਾਲਾ ਹੀ ਕੰਟੀਨਿਊ ਕਰਦੀ ਹਾਂ ਵਲੌਗ, ਕਿਉਂਕਿ ਕੱਲ੍ਹ ਮੈਂ ਤੁਹਾਨੂੰ ਸਿਰਫ ਦਿਖਾਇਆ ਹੀ ਸੀਗਾ ਕਿ ਅਸੀਂ ਗਰੋਸਰੀ ਲੈ ਕੇ ਆਏ ਹਾਂ। ਪਰ ਮੈਂ ਅੱਜ ਤੁਹਾਨੂੰ ਦਿਖਾਊਂਗੀ ਅੱਜ ਦੇ ਵਲੌਗ 'ਚ ਮੈਂ ਗਰੋਸਰੀ ਵਿੱਚ ਕੀ ਲੈ ਕੇ ਆਉਂਦਾ। ਅਤੇ ਹੁਣ ਮੈਂ ਤੁਹਾਨੂੰ ਆਪਣੀ ਸਾਰੀ ਗਰੋਸਰੀ ਬਾਰੇ ਦੱਸਣ ਲੱਗੀ ਹਾਂ ਕਿ ਆਹ ਮੈਂ ਗਰੋਸਰੀ ਵਿੱਚ ਲਿਆਉਂਦਾ। ਅਤੇ ਦੇਖੋ ਮੇਰੀ ਗਰੋਸਰੀ। ਅਸੀਂ ਅੱਗੇ ਕੰਟੀਨਿਊ ਕਰਦੇ ਹਾਂ ਇਸ ਵਲੌਗ ਨੂੰ। ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਅਤੇ ਸ਼ੇਅਰ ਕਰੋ, ਇਹਨੂੰ ਲਾਈਕ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਅਤੇ ਦੇਖੋ ਹੁਣ ਕੰਟੀਨਿਊ ਮੇਰਾ ਇਹ ਵਾਲਾ ਵਲੌਗ। ਹਾਂਜੀ ਜੀ, ਅਤੇ ਇਹ ਹੈ ਮੇਰੀ ਗਰੋਸਰੀ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਸੀਗਾ ਕਿ ਸਾਰੀ ਗਰੋਸਰੀ ਮੈਂ ਗਰਾਹ 'ਚ ਇਸ ਕਰਕੇ ਰੱਖਦੀ ਹਾਂ ਕਿਉਂਕਿ ਜ਼ਿਆਦਾ ਹੁੰਦੀ ਹੈ, ਤਾਂ ਇਸ ਫਰਿੱਜ ਵਿੱਚ ਰੱਖ ਦਿੰਦੀ ਜਿੰਨਾ ਜਿੰਨਾ ਸਮਾਨ ਚਾਹੀਦਾ ਹੁੰਦਾ, ਅਤੇ ਅਸੀਂ ਉਹੀ ਉਹੀ ਅੰਦਰ ਲੈ ਕੇ ਜਾਈ ਜਾਈਦਾ। ਅਤੇ ਹੁਣ ਤੁਹਾਨੂੰ ਬਰੀਫ 'ਚ ਦੱਸੂਗੀ ਕਿ ਮੈਂ ਕੀ ਲੈ ਕੇ ਆਈ ਹਾਂ। ਅਤੇ ਇਹ ਅਸੀਂ ਹਰ ਵੀਕ ਗਰੋਸਰੀ ਕਰਨੀ ਚਾਹੀਦਾ, ਅਤੇ ਇਹ ਮੇਰੀ ਇੱਕ ਵੀਕ ਦੀ ਗਰੋਸਰੀ ਆ। ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਗਰੋਸਰੀ ਦਾ ਵਲੌਗ ਕਿੱਦਾਂ ਦਾ ਲੱਗਿਆ, ਅਤੇ ਇਹਦੇ ਵਿੱਚ ਤੁਹਾਨੂੰ ਕੀ ਚੀਜ਼ਾਂ ਪਸੰਦ ਆਈਆਂ। ਵੈਸੇ ਤਾਂ ਮੈਂ ਸਾਰਾ ਕੁਛ ਹੈਲਦੀ ਲੈਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ, ਪਰ ਫਿਰ ਵੀ ਕੁਛ ਨਾ ਕੁਛ ਤਾਂ ਲਿਆ ਹੀ ਜਾਂਦਾ ਆ। ਜਿੱਦਾਂ ਕਿ ਕੋਕ ਵਗੈਰਾ, ਜਦੋਂ ਅਸੀਂ ਕੋਈ ਪੀਜ਼ਾ ਵਗੈਰਾ ਖਾਂਦੇ ਹਾਂ ਤਾਂ ਕੋਕ ਪੀਣਾ ਜ਼ਰੂਰੀ ਆ, ਫਿਰ ਉਹਦੇ ਬਿਨਾਂ ਵਧੀਆ ਨਹੀਂ ਲੱਗਦਾ। ਬਾਕੀ ਫਰੂਟਸ, ਵੈਜੀਟੇਬਲਸ ਸਾਰੇ ਅਸੀਂ ਵਧੀਆ ਹੈਲਦੀ ਚੀਜ਼ਾਂ ਲੈਂਦੇ ਹਾਂ, ਵਧੀਆ ਗੁੱਡ ਕੁਆਲਿਟੀ ਦੀਆਂ ਲੈਂਦੇ ਹਾਂ। ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਇਹ ਵਾਲਾ ਵਲੌਗ ਕਿੱਦਾਂ ਦਾ ਲੱਗਿਆ। ਇਹ ਸੀਗੀ ਮੇਰੀ ਗਰੋਸਰੀ ਸ਼ੋਪਿੰਗ। ਹਰ ਵੀਕ ਅਸੀਂ ਇਵੇਂ ਦੀ ਗਰੋਸਰੀ ਦੀ ਸ਼ੋਪਿੰਗ ਕਰੀ ਦੀ ਆ, ਅਤੇ ਤੁਸੀਂ ਮੇਰੇ ਵਲੌਗ ਨਾਲ ਜੁੜੇ। ਅਤੇ ਹੁਣ ਅਸੀਂ ਛਕਦੇ ਹਾਂ ਚਾਹ ਪਾਣੀ। ਅਤੇ ਅੰਗਦੀਰ ਅਤੇ ਅਸੀਂ ਦੋਨੇ ਉੱਠ ਗਏ ਆ। ਅੰਗਦ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਪਿਆ, ਮੈਂ ਤੁਹਾਨੂੰ ਦਿਖਾਉਂਦੀ ਹਾਂ ਅੰਗਦੀਰ ਕੀ ਕਰਦਾ। ਦੇਖੋ ਪਾ ਕੇ ਖਰਾਰੇ ਆਪ ਭੱਜ ਗਿਆ। ਆ ਜਾ ਆ ਜਾ। ਹਾਂਜੀ ਹੁਣ ਇਹਨੇ ਇੱਦਾਂ ਮੁੰਦੀ ਹੋ ਜਾਣਾ, ਪਰ ਬਾਅਦ 'ਚ ਇਹਨੂੰ ਸਿੱਧੀ ਨਹੀਂ ਹੋਣਾ ਆਉਣਾ, ਫਿਰ ਇਹਨੇ ਰੋਣਾ। ਹਾਂਜੀ ਹੋ ਜਾਓ ਫੇ, ਮੈਂ ਸਿੱਧਾ ਨਹੀਂ ਕਰਨਾ, ਮੈਂ ਸਿੱਧਾ ਨਹੀਂ ਕਰਨਾ, ਰੋਈ ਜਾਈ ਫੇ, ਰੋਈ ਜਾਈ ਫੇ, ਮੈਂ ਨਹੀਂ ਸਿੱਧਾ ਕਰਨਾ, ਦੇਖ ਲਾ ਆਪੇ ਹੁਣ ਹੋ ਜਾ ਫੇਰ ਸਾਨੂੰ। ਹੁਣ ਇਹ ਤਾਂ ਸਿੱਧੀ ਨਹੀਂ ਹੋ ਹੋਣਾ, ਪੂਰੀ ਜਦੋਂ ਸ਼ਾਇਦ ਹੋ ਜਾਣਾ, ਪਰ ਸਿੱਧੀ ਨਹੀਂ ਹੋ ਹੋਣਾ, ਫਿਰ ਰੋਣ ਲੱਗ ਜਾਣਾ। ਮੈਂ ਨਹੀਂ ਹੁਣ ਕਰਨੀ ਸਿੱਧੀ, ਮੈਂ ਕਰਨੀ ਨਹੀਂ। ਹਾਂਜੀ ਜੀ, ਅੱਜ ਮੈਂ ਤੁਹਾਨੂੰ ਦੱਸੂਗੀ ਕਿ ਬਰਗਰ ਕਿਵੇਂ ਬਣਾਏ ਗਏ ਆ। ਅੱਜ ਮੈਂ ਤੁਹਾਨੂੰ ਬਰਗਰ ਬਣਾ ਕੇ ਦੱਸੂਗੀ ਅਤੇ ਇਹਦੇ ਲਈ ਕੀ ਸਮਾਨ ਚਾਹੀਦਾ, ਈਜ਼ੀ ਵੇ ਨਾਲ ਦੱਸੂਗੀ ਜਿਹੜਾ ਹਰ ਕੋਈ ਘਰੇ ਬਣਾ ਸਕਦਾ ਹੈ। ਘਰ 'ਚ ਮੋਸਟਲੀ ਚੀਜ਼ਾਂ ਅਵੇਲੇਬਲ ਹੁੰਦੀਆਂ ਆ, ਤੁਸੀਂ ਈਜ਼ੀਲੀ ਬਣਾ ਸਕਦੇ ਆ ਹੈਲਦੀ ਬਰਗਰ। ਕਈ ਵੇਲੇ ਬੱਚੇ ਕੁਛ ਖਾਣ ਦੀ ਡਿਮਾਂਡ ਕਰਦੇ ਆ, ਫਿਰ ਤੁਸੀਂ ਘਰੇ ਇਸ ਤਰ੍ਹਾਂ ਉਹਨਾਂ ਨੂੰ ਬਰਗਰ ਬਣਾ ਕੇ ਦੇ ਸਕਦੇ ਆ। ਅਤੇ ਤੁਸੀਂ ਦੇਖਿਓ ਹੁਣ ਮੈਂ ਕਿੱਦਾਂ ਬਰਗਰ ਬਣਾਉਂਦੀ ਹਾਂ। ਅਤੇ ਇਹਦੇ ਲਈ ਮੈਂ ਸਾਰਾ ਸਮਾਨ ਰੈਡੀ ਕਰ ਲਿਆ, ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹਦੇ ਲਈ ਕੀ ਚੀਜ਼ਾਂ ਰੈਡੀ ਕਰਨੀਆਂ। ਬਰਗਰ ਬਣਾਉਣ ਲਈ ਸਾਡੇ ਕੋਲ ਇਹ ਵਾਲਾ ਸਾਰਾ ਸਮਾਨ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਲਏ ਆ ਬਰਗਰ ਦੇ ਬਨ, ਅਤੇ ਲਈ ਆ ਸੌਸੇਜ, ਇੱਕ ਲਿਆ ਟਮੈਟੋ ਕੈਚਅਪ, ਇੱਕ ਇਹ ਵਾਲਾ ਲਿਆ ਰੈਂਚ, ਇੱਕ ਲਿਆ ਚਿਪੋਟਲੇ ਜਿਹੜਾ ਥੋੜ੍ਹਾ ਜਿਹਾ ਸਪਾਈਸੀ ਖਾਣਾ ਪਸੰਦ ਕਰਦੇ ਆ। ਅਤੇ ਇਹਦੇ ਲਈ ਅਸੀਂ ਲਏ ਪਿਆਜ਼, ਟਮਾਟਰ ਅਤੇ ਖੀਰਾ। ਅਤੇ ਇਹ ਹੈਗੀਆਂ ਪੈਟੀਜ਼, ਇਹ ਜਿਹੜੀ ਉੱਪਰ ਵਾਲੀਆਂ ਤੁਸੀਂ ਦੇਖਦੇ ਆ ਦੋ, ਇਹ ਬਲੈਕ ਬੀਨ ਪੈਟੀਜ਼ ਆ, ਅਤੇ ਨੀਚੇ ਵਾਲੀਆਂ ਆਲੂ ਦੀ ਪੈਟੀਜ਼ ਆ। ਜਿਹਨੇ ਜਿਹੜੀਆਂ ਵੀ ਖਾਣੀਆਂ ਉਹ ਆਪਣੇ ਮੁਤਾਬਕ ਬਣਾ ਸਕਦਾ। ਮੈਂ ਇਹ ਵਾਲੀਆਂ ਪੈਟੀਜ਼ ਫਰੋਜ਼ਨ ਲੈ ਕੇ ਆਉਂਦੀਆਂ ਸੀਗੀਆਂ, ਅਤੇ ਮੈਂ ਇਹਨਾਂ ਨੂੰ ਏਅਰ ਫਰਾਇਰ ਦੇ ਵਿੱਚ ਬਣਾਇਆ। ਅਤੇ ਇੱਕ ਇਹ ਪਲੇਟ ਲਈ ਆ, ਜਦੋਂ ਅਸੀਂ ਬਰਗਰ ਸਾਡਾ ਰੈਡੀ ਹੋ ਜੂਗਾ ਅਸੀਂ ਇਹਦੇ ਵਿੱਚ ਰੱਖ ਕੇ ਉਹਨੂੰ ਤਿਆਰ ਕਰਾਂਗੇ, ਅਤੇ ਇਹਦੇ ਵਿੱਚ ਹੀ ਰੈਪ ਕਰ ਦੇਵਾਂਗੇ ਅਤੇ ਫਿਰ ਖਾਵਾਂਗੇ। ਇਹ ਸਾਰਾ ਸਮਾਨ ਚਾਹੀਦਾ ਹੈ। ਅਤੇ ਉਹ ਡੱਬਾ ਜਿਹੜਾ ਪਿਆ ਆ ਆਹ ਵਾਲਾ, ਇਹਦੇ ਵਿੱਚ ਹੈਗਾ ਬਟਰ, ਅਤੇ ਕਿਉਂਕਿ ਸਾਨੂੰ ਪਤਾ ਬਰਗਰ ਦੇ ਬੰਸ ਨੂੰ ਗਰਮ ਕਰਨਾ ਸੀ ਤਵੇ 'ਤੇ, ਅਤੇ ਹੁਣ ਤੁਸੀਂ ਦੇਖ ਸਕਦੇ ਹਾਂ ਕਿ ਗੈਸ ਮੈਂ ਕਰ ਦਿੱਤਾ ਆਲਰੇਡੀ ਔਨ, ਅਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ ਕਿਵੇਂ ਬਣਾਈਦੀ। ਚਲੋ ਹੁਣ ਸਭ ਤੋਂ ਪਹਿਲਾਂ ਅਸੀਂ ਲੈ ਲਿਆ ਬਰਗਰ ਦਾ ਬੰਨ, ਇਹਦੇ ਦੋ ਪਾਰਟ ਹੁੰਦੇ, ਅਤੇ ਅਸੀਂ ਲੈ ਲਿਆ। ਅਤੇ ਕਈ ਲੋਕ ਸੈਸਮੀ ਬਣਾ ਖਾਣਾ ਪਸੰਦ ਕਰਦੇ ਆ, ਕਈ ਕਿੱਦਾਂ ਦਾ, ਤੁਹਾਡੇ ਤੁਸੀਂ ਆਪਣੀ ਚੋਇਸ ਦੇ ਮੁਤਾਬਕ ਹੀ ਲੈ ਸਕਦੇ ਹਾਂ। ਅਸੀਂ ਵੀ ਸੈਸਮੀ ਵਾਲਾ ਲੈ ਕੇ ਆਈਦਾ, ਮੈਂ ਕਿਹਾ ਇਹ ਫਸਟ ਟਾਈਮ ਖਾਣ ਲੱਗੀ ਹਾਂ, ਦੇਖੋ ਇਹ ਕਿੱਦਾਂ ਦਾ ਹੁੰਦਾ ਹੈ, ਟੇਸਟ ਕਰਕੇ ਦੇਖੂੰਗੀ। ਅਤੇ ਹੁਣ ਅਸੀਂ ਲਾ ਲਿਆ ਤਵੇ ਦੇ ਉੱਪਰ ਬਟਰ,
क्योंकि असी इन्हों गर्म करना असी इन्हों दोनों साइड तो चंगी तरह गर्म करना दोनों पासे घ्यो ला लेना वधिया तरह जो बर्गर के बन तवे तो असं उतार ले रेडी हो गए तो हम असी ये उपर लाइया सॉस तुम अपने अकॉर्डिंग जी पहला तो बाद चो ला सकते हैं मैं पहला लगाऊंगी टमाटर कैचअप थोड़ा थोड़ा लाना है दोनों साइड्स से ला लेना तो उस बाद मैं लाऊंगी थोड़ी जी रेंच उस तो बाद अस रखांगे दे उपर टमाटर ते उदे उपर अस रखांगे खीरा इस तो बाद अस रखांगे ब्लैक बीन बेची पैटी है ते उदे उपर अस पावांगे थोड़ी जी रेंच अगेन बिल्कुल थोड़ी जी पानी क्योंकि असी उपर बन के उपर भी लाई हुई तरह करके ते इस तो बाद असी पाएंगे दे उत्ते चिपोटले इना बर्गर बहुत स्वाद लगता है थोड़ी जी स्पाइसी होंगी है ते इहदे विच मायोनीज भी पाई होंगी है चिपोटले ते मायोनीज दोनों का कंबीनेशन ही बड़ी सोहना उस तो बाद साडा बर्गर हो गया ऑलमोस्ट रेडी सिंपल तरीका जो भी थोड़ा बच्चा मंगता है तो उन्हें बना के दे सकते सिर्फ सब्जी हेल्दी भी है हाँ जी जी हुण हो गई है शाम थोड़ा थोड़ा नेरा हो गया तो देखो मौसम कितना सोहना लगता है स्काई का कलर तो असी हुण भुन्न लगे हैं छलियां तो थानू दिखाने हैं किदां भुन अंगत वीर खांदा हुण मूंगफली नाले नाले मूंगफली खाई जाएगी नाले नाले छलियां भुन्नी चाहीदियां थानू मैं अंगत वीर ਸਾਡੀ ਹਰ ਅਸੀਸ ਸੁੱਤੀ ਸੀ ਤੇ ਹੁਣ ਇਹ ਵੀ ਉੱਠ ਗਈ ਆ ਗਈ ਇਹ ਵੀ ਦੇਖ ਕੇ ਧੂਣੀ ਬੈ ਜਾ ਪੁੱਤ ਸਿਆਲ ਦੇ ਦਿਨਾਂ ਵਿੱਚ ਧੂਣੀ ਸੇਕਣਾ ਬਹੁਤ ਵਧੀਆ ਲੱਗਦਾ ਆ ਆ ਬੈਠਾ ਸਾਡਾ ਅੰਗਦਵੀਰ ਸਿੰਘ ਦੇਖੇ ਤਾਂ ਬਹਿੰਦਾ ਨਹੀਂ ਵੈਸੇ ਧੂਣੀ ਆ ਬੈਠੇ ਡੈਡੀ ਡੈਡੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਆ ਦੇਖੋ ਸਾਡੀ ਹੈਰਿਸੀਸ बच्चे शरारता तो बहुत करते पर थोड़ा जिहा संभाल के रखने पैंदे आ जो दोनों बच्चे छोटे होंगे तंग तो बाला करते पर फिर भी चलो मैनेज कर लीदा आ सारिया भैन इदी करिया करो खिजिया ना करो बच्चों नू ज़्यादातर क्योंकि इन्ना इरीटेट कर देंगे गुस्सा चढ़ना शुरू हो जाता है इन्हों मैनेज करने की कोशिश करो
ਤੇ ਮੈਂ ਇਹਨਾਂ ਨੂੰ ਲੈ ਕੇ ਕਦੀ ਬਾਹਰ ਬਹਿ ਜਾ ਨਹੀਂ ਹੁੰਦੀ ਆ, ਧੁੱਪ ਸੇਕਣ ਲੱਗ ਜਾਂਦਾ ਆ, ਤੇ ਹੁਣ ਮੈਂ ਇਹਨਾਂ ਨੂੰ ਲੈ ਕੇ ਧੂਣੀ ਅੱਗੇ ਬਹਿ ਗਈ। ਅੰਗਦ ਵੀਰ ਭੱਜ ਗਿਆ ਅੰਦਰ, ਉਹਦੇ ਹੱਥ ਡੰਡਾ ਸੀਗਾ ਤੇ ਹੁਣ ਡੈਡੀ ਕਹਿੰਦੇ ਕਿਤੇ ਟੀਵੀ 'ਚ ਨਾ ਮਾਰੇ। ਬੇਪਰਵਾਹ ਜੇ ਹੋ ਕੇ ਰਿਹਾ ਕਰੋ, ਬੱਚਿਆਂ ਦੀ ਇੰਨੀ ਜ਼ਿਆਦਾ ਵੀ ਟੈਨਸ਼ਨ ਨਾ ਲਿਆ ਕਰੋ। ਬੇਪਰਵਾਹ ਹੋਣਾ ਪਰ ਲਾਪਰਵਾਹ ਨਹੀਂ ਹੋਣਾ, ਲਾਪਰਵਾਹ ਹੋਣਾ ਇੱਕ ਅਲੱਗ ਗੱਲ ਆ, ਕਿਉਂਕਿ ਬੱਚੇ ਪਰਮਾਤਮਾ ਨੇ ਮਸੀਹ ਤਾਂ ਦਿੱਤੇ ਹੁੰਦੇ, ਇਹਨਾਂ ਦੀ ਕੇਅਰ ਕਰਨੀ ਵੀ ਜ਼ਰੂਰੀ ਆ, ਹੈ ਨਾ। ਅੰਗਦ ਵੀਰ ਆ ਗਿਆ, ਆਹ ਦੇਖ ਲਓ ਜੀ, ਇੱਕ ਛੱਲੀ ਸਾਡੀ ਹੁਣ ਭੁੱਜ ਗਈ ਆ, ਡੈਡੀ ਤੁਹਾਨੂੰ ਦਿਖਾਉਂਦੇ ਆ, ਆਹ ਦੇਖੋ, ਅਤੇ ਦੂਸਰੀ ਡੈਡੀ ਨੇ ਵਿੱਚ ਰੱਖ ਦਿੱਤੀ, ਦੇਖ ਲਓ ਜੀ। ਅੱਗ 'ਤੇ ਛੱਲੀ ਤਾਂ ਅੱਗ 'ਤੇ ਭੁੱਜੀ ਉਹ ਸਵਾਦ ਲੱਗਦੀ ਆ, ਗੈਸ 'ਤੇ ਤਾਂ ਛੱਲੀ ਉਹ ਗੱਲ ਬਣਦੀ। ਅੰਗਦ ਵੀਰ ਨੂੰ ਕਾਹਲੀ ਦੇਖੋ ਕਿੱਦਾਂ ਪਈ ਹੋ, ਪਤਾ ਨਹੀਂ ਕੀ ਆ, ਪਰ ਇਹ ਖਾਂਦਾ ਨਹੀਂ ਛੱਲੀ, ਇਹਨੇ ਕਦੀ ਖਾਧੀ ਨਹੀਂ। ਖਾਲਾ ਛੱਲੀ ਆ, ਦਾਣੇ ਦਾਣੇ ਦਾਣਾ ਹੈ, ਦਾਣਾ ਮਿੱਠਾ ਆ। ਜੰਮ ਜੰਮ ਅੰਗਦ, ਹੈਂ ਜੰਮ ਜੰਮਿਆ, ਨਾਨੇ ਤਾਂ ਹੋਰ ਲੈ ਲਓ, ਅੱਗ ਦੇ ਦੇਖੋ ਕਿੱਦਾਂ ਪਟਾਕੇ ਪੈਂਦੇ, ਸੇਕ ਬਹੁਤ ਤੇ ਹੁਣ ਆਹ ਇੱਕ ਵਿੱਚ ਛੱਲੀ ਪਈ ਆ, ਤੇ ਆਹ ਪੂਰੀ ਤਰ੍ਹਾਂ ਭੁੱਜ ਰਹੀ ਆ, ਭੁੱਜ ਗਏ ਆ ਗਏ ਅੰਗਦ ਵੀਰ, ਆ ਜਾ ਪੁੱਤ, ਹਾਂ ਦੇਖੋ ਕਿੰਨੀ ਜਲਦੀ ਜਲਦੀ ਭੁੱਜਦੀ ਆ, ਸੇਕ ਬਹੁਤ ਜ਼ਿਆਦਾ ਇਹਦੇ ਵਿੱਚ। ਅੰਗਦ ਛੱਲੀ ਖਾਂਦਾ, ਇਹ ਮਿੱਠੀ ਮਿੱਠੀ ਛੱਲੀ, ਮੈਨੂੰ ਲੱਗਦਾ ਇਹਨੂੰ ਤਾਂ ਹੀ ਸਵਾਦ ਲੱਗੀ ਆ। ਜੰਮੀ ਆ ਪੁੱਤ, ਬਾਰ ਬਾਰ ਖਾਣਾ ਆਉਂਦਾ, ਹੁਣ ਅਸੀਂ ਇੱਥੇ 1.5-2 ਘੰਟੇ ਬਿਤਾਏ ਆ, ਅਤੇ ਛੱਲੀ ਖਾ ਲਈ, ਸਾਰਾ ਕੁਛ ਖਾ ਪੀ ਲਿਆ, ਮੂੰਗਫਲੀ ਖਾ ਲਈ, ਅਤੇ ਹੁਣ ਅਸੀਂ ਇੱਥੇ ਕਰਦੇ ਹਾਂ ਅੱਜ ਦੇ ਬਲੌਗ ਦੀ ਐਂਡਿੰਗ, ਅਤੇ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਬਲੌਗ ਦੇ ਵਿੱਚ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਕਮੈਂਟ ਕਰੋ, ਅਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ, ਅਤੇ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰੋ ਤਾਂ ਜੋ ਅਸੀਂ ਨਵੀਆਂ ਨਵੀਆਂ ਵੀਡੀਓ ਪਾਈਏ, ਅਤੇ ਮਿਲਦੇ ਹਾਂ ਹੁਣ ਤੁਹਾਨੂੰ ਕੱਲ੍ਹ ਦੇ ਬਲੌਗ 'ਚ। ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।